ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਨਵੀਆਂ ਅਨਾਉਂਸਮੈਂਟਸ ਬਾਰੇ, ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ ਤੇ 20 ਆਵਰ ਲਿਮਿਟ ਜਿਹੜੀ ਰਿਮੂਵ ਹੋ ਗਈ ਆ ਉਹਦੇ ਬਾਰੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰਭਜੋਤ ਸਿੰਘ ਕੈਨੇਡੀਅਨ ਪੰਜਾਬੀ ਇਨਫੋਸ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਅਤੇ ਹੋਪ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਗੱਲ ਕਰਨੀ ਹੈ ਜੀ ਕੈਨੇਡਾ ਦੇ ਵਿੱਚ ਦੋ ਨਵੀਆਂ ਅਨਾਊਂਸਮੈਂਟਸ ਬਾਰੇ, ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ ਅਤੇ ਦੂਸਰੇ ਨੰਬਰ 'ਤੇ ਜਿੱਦਾਂ ਮੈਂ ਦੱਸਿਆ 20 ਆਵਰਸ ਦੀ ਲਿਮਿਟ ਜੋ ਸਟੂਡੈਂਟ 'ਤੇ ਲੱਗੀ ਸੀ ਕਿ 20 ਆਵਰ ਹੀ ਉਹ ਕੰਮ ਕਰ ਸਕਦੇ ਹਨ, ਉਸ ਨੂੰ ਰਿਮੂਵ ਕਰ ਦਿੱਤਾ ਗਿਆ ਹੈ ਇਸ ਦੇ ਬਾਰੇ। ਪਹਿਲੇ ਨੰਬਰ 'ਤੇ ਆਪਾਂ ਗੱਲ ਕਰਦੇ ਹਾਂ ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ CESP। CESP ਦੇ ਵਿੱਚ ਤੁਸੀਂ $1,250 ਲੈ ਸਕਦੇ ਹੋ ਕੈਨੇਡਾ ਗੌਰਮੈਂਟ ਦੇ ਵੱਲੋਂ ਜੇ ਤੁਸੀਂ ਐਜ਼ ਅ ਸਟੂਡੈਂਟ ਹੋ, ਜਾਂ ਫਿਰ ਤੁਸੀਂ 2019 ਦਸੰਬਰ ਦੇ ਵਿੱਚ ਪਾਸ ਆਊਟ ਹੋ ਗਏ ਹੋ, ਜਾਂ ਫਿਰ ਤੁਹਾਡਾ ਸਪਤੰਬਰ ਦੇ ਵਿੱਚ ਹਜੇ ਕਾਲਜ ਜਾਂ ਕਾਲਜ ਸਟਾਰਟ ਹੋਣਾ ਹੈ ਜਾਂ ਯੂਨੀਵਰਸਿਟੀ ਹਜੇ ਸਟਾਰਟ ਹੋਣੀ ਹੈ, ਤਾਂ ਵੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ। ਇਸ ਨੂੰ ਅਪਲਾਈ ਕਰਨ ਦੀ ਤਰੀਕ ਮਈ ਦੇ ਵਿੱਚ ਹੈ, May 3 ਤੋਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਅਤੇ ਇਹ May to August ਚੱਲੇਗਾ, 4 ਮੰਥ ਦਾ ਇਹ ਪਲਾਨ ਚੱਲੇਗਾ ਜਿਸ ਨੂੰ ਤੁਸੀਂ ਬੈਨੀਫਿਟ ਲੈ ਸਕਦੇ ਹੋ। ਇਸ ਦੇ ਵਿੱਚ ਸਟੂਡੈਂਟਸ ਨੂੰ $1,250 ਮਿਲੇਗਾ ਅਤੇ $1,750 ਉਹ ਵਾਲੇ ਸਟੂਡੈਂਟਸ ਨੂੰ ਮਿਲੇਗਾ ਜਿਹੜੇ ਕਿਸੇ ਦੀ ਕੇਅਰ ਕਰ ਰਹੇ ਹਨ ਜਾਂ ਉਹ ਡਿਸੇਬਲ ਹਨ, ਉਹਨਾਂ ਸਟੂਡੈਂਟਸ ਨੂੰ $1,750 ਮਿਲੇਗਾ। ਇਸ ਦੇ ਵਿੱਚ ਉਹ ਵੀ ਸਟੂਡੈਂਟ ਅਪਲਾਈ ਕਰ ਸਕਦੇ ਹਨ ਜਿਹੜੇ CERB ਲਈ ਐਲੀਜੀਬਲ ਨਹੀਂ ਸਨ, ਮਤਲਬ ਕਿ ਉਹਨਾਂ ਨੇ ਹਜੇ ਜਾਂ ਫਿਰ ਕੰਮ ਸਟਾਰਟ ਨਹੀਂ ਸੀ ਕੀਤਾ, ਜਾਂ ਫਿਰ ਉਹਨਾਂ ਦੀ ਐਲੀਜੀਬਿਲਟੀ ਲਾਈਕ 5,000 ਵਾਲੀ ਐਲੀਜੀਬਿਲਟੀ ਜੋ ਸੀ ਉਹ ਨਹੀਂ ਸੀ। ਜੇ ਤੁਸੀਂ CERB ਲਈ ਐਲੀਜੀਬਲ ਹੋ ਤਾਂ ਤੁਸੀਂ ਹਜੇ ਨਹੀਂ ਭਰਿਆ ਤਾਂ ਤੁਸੀਂ ਆਪਣੀ ਦੂਸਰੀ ਵੀਡੀਓ ਦੇਖ ਸਕਦੇ ਹੋ। ਆਪਾਂ ਇੱਕ ਪਲੇਲਿਸਟ ਬਣਾਈ ਹੈ ਸਪੈਸ਼ਲ CERB ਐਂਡ EI ਦੇ ਲਈ, ਲਾਈਕ ਬੈਨੀਫਿਟਸ ਲਈ ਇੱਕ ਆਪਣੀ ਸਪੈਸ਼ਲ ਪਲੇਲਿਸਟ ਹੈ, ਤੁਸੀਂ ਉਸ ਦੇ ਵਿੱਚ ਜਾ ਕੇ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ। ਇਸ ਦੇ ਵਿੱਚ ਉਹ ਵੀ ਸਟੂਡੈਂਟ ਅਪਲਾਈ ਕਰ ਸਕਦੇ ਹਨ ਜਿਹੜੇ $1,000 ਤੋਂ ਘੱਟ ਕਮਾ ਰਹੇ ਹਨ, ਉਹ ਸਟੂਡੈਂਟ ਵੀ ਇਸ ਦੇ ਵਿੱਚ ਐਲੀਜੀਬਲ ਹਨ। ਹੁਣ ਜਿਹੜਾ ਕੁਐਸਚਨ ਹੈ ਸਭ ਤੋਂ ਵੱਡਾ ਕਿ ਇੰਟਰਨੈਸ਼ਨਲ ਸਟੂਡੈਂਟ ਇਸ ਦੇ ਵਿੱਚ ਐਲੀਜੀਬਲ ਹਨ ਜਾਂ ਸਿਰਫ ਇਹ ਵਾਲਾ ਪਲਾਨ ਕੈਨੇਡੀਅਨ ਸਟੂਡੈਂਟਸ ਦੇ ਲਈ ਹੈ। ਜੇ ਮੈਂ ਪ੍ਰਾਈਮ ਮਿਨਿਸਟਰ ਦੀ ਸਪੀਚ ਦੀ ਗੱਲ ਕਰਾਂ ਤਾਂ ਉਸ ਦੇ ਵਿੱਚ ਉਹਨਾਂ ਨੇ ਕੁਝ ਵੀ ਕਲੀਅਰ ਨਹੀਂ ਸੀ ਕੀਤਾ ਕਿ ਇਹ ਵਾਲਾ ਪਲਾਨ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਹੈ ਜਾਂ ਫਿਰ ਕੈਨੇਡੀਅਨ ਸਟੂਡੈਂਟਸ ਦੇ ਲਈ ਹੈ। ਅਤੇ ਆਫੀਸ਼ੀਅਲ ਵੈਬਸਾਈਟਸ ਆ ਜੋ canada.ca, ਉਸ ਦੇ ਵਿੱਚ ਵੀ ਹਜੇ ਤੱਕ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ ਕਿ ਇਹ ਵਾਲਾ ਪਲਾਨ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਅਵੇਲੇਬਲ ਹੈ ਜਾਂ ਨਹੀਂ ਹੈ। ਮੇਰਾ ਇਹ ਪਰਸਨਲ ਓਪੀਨੀਅਨ ਹੈ, ਤੁਸੀਂ ਇਸ ਨੂੰ ਆਫੀਸ਼ੀਅਲ ਸਟੇਟਮੈਂਟ ਨਹੀਂ ਮੰਨਣਾ, ਮੇਰਾ ਇਹ ਪਰਸਨਲ ਓਪੀਨੀਅਨ ਹੈ ਕਿ ਕੈਨੇਡਾ ਗਵਰਨਮੈਂਟ ਇਹ ਵਾਲਾ ਪਲਾਨ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਵੀ ਲੈ ਕੇ ਆਏਗੀ। ਇਹ ਵਾਲੇ ਪਲਾਨ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵੀ ਐਲੀਜੀਬਲ ਹੋਣਗੇ, ਕਿਉਂਕਿ ਜੇ ਆਪਾਂ ਗੱਲ ਕਰੀਏ CERB ਦੀ ਜਾਂ EI ਦੀ, ਲਾਈਕ ਜਿੰਨੇ ਵੀ ਹਜੇ ਤੱਕ ਬੈਨੀਫਿਟ ਆਏ ਹਨ ਜਾਂ $1,000 ਵਾਲਾ ਕੋਈ ਵੀ ਬੈਨੀਫਿਟ ਹਜੇ ਤੱਕ COVID-19 ਨੂੰ ਲੈ ਕੇ ਆਇਆ ਹੈ, ਉਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਐਲੀਜੀਬਲ ਹਨ ਅਤੇ ਹੋ ਸਕਦਾ ਇਸ ਦੇ ਵਿੱਚ ਵੀ ਐਲੀਜੀਬਲ ਹੋਣ। ਮੈਂ ਹੋਪ ਕਰਦਾ ਕਿ ਐਲੀਜੀਬਲ ਹੋਣ ਤਾਂ ਬਹੁਤ ਵਧੀਆ, ਕਿਉਂਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਕਿ CERB ਦੇ ਲਈ ਐਲੀਜੀਬਲ ਨਹੀਂ ਸੀ। PM ਦੀ ਸਪੀਚ ਤੋਂ ਇਹ ਪਤਾ ਚੱਲਿਆ ਕਿ ਉਹਨਾਂ ਨੇ ਬਿੱਲ ਪਾਰਲੀਮੈਂਟ ਦੇ ਵਿੱਚ ਦੇਤਾ ਅਤੇ ਪਾਰਲੀਮੈਂਟ 'ਚੋਂ ਜਦੋਂ ਪਾਸ ਹੋ ਜਾਏਗਾ ਇਹ ਬਿੱਲ, ਉਸ ਤੋਂ ਆਪਾਂ ਨੂੰ ਪਤਾ ਲੱਗ ਜਾਏਗਾ। ਅਤੇ ਐਸ ਸੂਨ ਐਸ ਪੋਸੀਬਲ ਮੈਂ ਉਸਨੂੰ ਅਪਡੇਟ ਕਰ ਦੂੰਗਾ ਕਿ ਬਿੱਲ ਪਾਸ ਹੋ ਗਿਆ ਅਤੇ ਬਿੱਲ ਦੇ ਵਿੱਚ ਇਹ ਵਾਲੇ ਬੰਦੇ ਐਲੀਜੀਬਲ ਹਨ। ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਆਪਾਂ ਨੂੰ ਖੁਸ਼ਖਬਰੀ ਮਿਲ ਜਾਏ ਕਿ ਇੰਟਰਨੈਸ਼ਨਲ ਸਟੂਡੈਂਟ ਇਸ ਦੇ ਵਿੱਚ ਐਲੀਜੀਬਲ ਹਨ, ਲਾਈਕ ਕਲੀਅਰ ਹੋ ਜਾਊਗਾ, ਕਲੀਅਰ ਕੱਟ ਕਿ ਕੌਣ ਕੌਣ ਇਸ ਦੇ ਵਿੱਚ ਐਲੀਜੀਬਲ ਹੈ। ਅਤੇ ਕੈਨੇਡਾ ਗਵਰਨਮੈਂਟ ਅਗਲੇ ਸਾਲ ਦੇ ਵਿੱਚ ਸਟੂਡੈਂਟਸ ਦੇ ਲਈ 76,000 ਨੌਕਰੀਆਂ ਕੱਢੇਗੀ, ਲਾਈਕ ਬਹੁਤ ਜ਼ਿਆਦੀਆਂ ਜੋਬਸ ਵੀ ਆਉਣ ਵਾਲੀਆਂ, ਇਸ ਕਰਕੇ ਘਬਰਾਉਣ ਦੀ ਲੋੜ ਨਹੀਂ। CESP ਅਤੇ ਹੋਰ ਜਿਹੜੇ ਬਿੱਲ ਨਾਲ ਆਏ ਹਨ, ਇਸ ਦਾ $9 billion ਦਾ ਬਜਟ ਰੱਖਿਆ ਕੈਨੇਡਾ ਗਵਰਨਮੈਂਟ ਨੇ। ਹੁਣ ਆਪਾਂ ਗੱਲ ਕਰਾਂਗੇ ਜੀ 20 hours ਦੀ ਲਿਮਿਟ ਬਾਰੇ, ਜੋ ਕਿ ਸਟੂਡੈਂਟ ਜਿਹੜਾ ਕੈਨੇਡਾ ਦੇ ਵਿੱਚ ਕੰਮ ਕਰਦੇ ਆ ਉਹ ਲੀਗਲੀ ਜਸਟ 20 hours ਕੰਮ ਕਰ ਸਕਦੇ ਆ ਵੀਕ ਦਾ, ਪਰ ਹੁਣ COVID-19 ਕਰਕੇ ਇਹਨਾਂ ਨੇ ਇਹ ਵਾਲੀ ਰਿਸਟ੍ਰਿਕਸ਼ਨ ਨੂੰ ਰਿਮੂਵ ਕਰ ਦਿੱਤਾ ਹੈ ਕਿ ਤੁਸੀਂ 20 hours ਤੋਂ ਜ਼ਿਆਦਾ ਕੰਮ ਕਰ ਸਕਦੇ ਹੋ, ਪਰ ਇਸ ਦੇ ਵਿੱਚ ਸਿਰਫ ਉਹੀ ਕੰਮ ਕਰ ਸਕਦੇ ਹਨ ਜਿਹੜੇ ਕਿ ਅਸੈਂਸ਼ੀਅਲ ਵਰਕਰ ਹਨ। ਹੁਣ ਅਸੈਂਸ਼ੀਅਲ ਵਰਕਰਸ ਦੇ ਵਿੱਚ ਆਉਂਦੇ ਹਨ ਫੂਡ ਦੇ ਰਿਲੇਟਡ ਜਿੰਨੇ ਕੰਮ ਕਰ ਰਹੇ ਹਨ, ਲਾਈਕ ਫੂਡ ਸਪਲਾਈ ਦੇ ਨਾਲ, ਫੂਡ ਚੇਨ ਦੇ ਨਾਲ, ਕੰਸਟਰਕਸ਼ਨ ਦੇ ਨਾਲ, IT ਡਿਪਾਰਟਮੈਂਟ ਦੇ ਨਾਲ, ਇਹ ਸਾਰੇ ਇਹਦੇ ਵਿੱਚ ਆਉਂਦੇ ਹਨ। ਅਤੇ ਮੈਂ ਓਨਟਾਰੀਓ ਗਵਰਨਮੈਂਟ ਦੀ ਵੈਬਸਾਈਟ ਤੋਂ ਵੀ ਲਿੰਕ ਸ਼ੇਅਰ ਕਰ ਦੂੰਗਾ ਕਿ ਕਿਹੜੇ ਕਿਹੜੇ ਅਸੈਂਸ਼ੀਅਲ ਵਰਕਰ ਆਉਂਦੇ ਹਨ। ਜੇ ਤੁਸੀਂ ਉਸ ਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਜ਼ਿਆਦਾ ਕੰਮ ਕਰ ਸਕਦੇ ਹੋ 20 hours ਤੋਂ ਜ਼ਿਆਦਾ। ਜਦੋਂ ਵੀ ਕੋਈ ਨਵੀਂ ਇਨਫੋਰਮੇਸ਼ਨ ਆਏਗੀ ਰਿਗਾਰਡਿੰਗ CESP ਮੈਂ ਨਾਲ ਦੀ ਨਾਲ ਅਪਡੇਟ ਕਰ ਦੂੰਗਾ ਅਤੇ ਤੁਸੀਂ ਉਸਨੂੰ ਦੇਖ ਸਕਦੇ ਹੋ। ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ, ਫੇਸਬੁੱਕ ਐਂਡ ਟਿਕਟੋਕ 'ਤੇ, ਲਾਈਕ ਸਮਾਲ ਅਨਾਊਂਸਮੈਂਟ ਸਾਰੀਆਂ ਮੈਂ ਉਹਨਾਂ 'ਤੇ ਹੀ ਅਪਡੇਟ ਕਰਦਾ, ਲਾਈਕ ਜਿਹੜੀਆਂ ਵਿਦਇਨ 1 ਮਿੰਟ ਦੇ ਵਿੱਚ ਕਵਰ ਹੋ ਜਾਣ।
ਤੇ ਹੋਪ ਕਰਦਾ ਕਿ ਤੁਸੀਂ ਵੀਡੀਓ ਨੂੰ ਲਾਈਕ ਕੀਤਾ ਹੋਏਗਾ ਤੇ ਜੇ ਲਾਈਕ ਕੀਤਾ ਤੇ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾਓ ਤਾਂ ਕਿ ਜਿਹੜੀ ਨੈਕਸਟ ਵੀਡੀਓ ਜਦੋਂ ਵੀ ਇਨਫੋਰਮੇਸ਼ਨ ਆਏ ਉਹ ਤੁਹਾਡੇ ਆਟੋਮੈਟਿਕ ਤੁਹਾਨੂੰ ਨੋਟੀਫਿਕੇਸ਼ਨ ਉਸਦੀ ਆ ਜਾਏ। ਚਲੋ ਠੀਕ ਆ ਜੀ, ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।